ਕੈਪਟਨ ਤੋਂ ਬਚੋਗੇ ਨਾ ਸਾਥੇ ਕਮਾ ਲਓ ਇਹਨਾਂ ਨੇ ਜੇ ਗਲਤ ਕੰਮ ਕੀਤਾ ਸੀ 2-3 ਮਹੀਨੇ ਦੀ ਗੱਲ ਸੀਗੀ ਤੇ ਉਹਦਾ ਜਿਹੜਾ ਵਾ ਬਾਜਵਾ ਸਾਹਿਬ ਸਾਡੇ ਨੇ ਬਹੁਤ ਮਸੂਰ ਕੀਤਾ ਸੀਗਾ ਉਹਨਾਂ ਨੇ ਸਿਰਫ ਆਪਣਾ ਇਹਦੇ ਉੱਤੇ ਆਪਣੀ ਤਹੀ ਮਹਿਸੂਸ ਕੀਤੀ ਸੀ ਇਹਨਾਂ ਨੇ ਕੰਮ ਗਲਤ ਕੀਤਾ ਤੇ ਮੈਂ ਇਹਨੂੰ ਭਾਲ ਕਰਦਾ पंजाब सरकार वालों जिथे नवे मुख्यमंत्री बनने तो बाद ही ब्यूरोक्रेसी दे विच कुछ बदल देखने को मिल रहा है अफसरशाही दे विच बदल देखने को मिल रहा है उत्थे ही पोलिटिकल तौर पर भी कुछ बदलाव देखने को मिल रहे हैं। बटाला की गल करिए तो बटाला दे विच राज्यसभा मैंबर प्रताप सिंह बाजवा वालों कुछ दिन पहला ही थापे गए नवे चेयरमैन इंप्रूवमेंट ट्रस्ट चेयरमैन नू कुछ ही दिनों दे विच ही उतार के दोबारा पहला रह चुके चेयरमैन कस्तूरी लाल सेठ नू दोबारा जिहड़ा थापिया गया अज मेरे नाल ने कस्तूरी लाल सेठ जी सेठ साहब किवें देख रहे हो फैसले नू तुसी तुहाडी रिजेंटमेंट भी सी किवें देख रहे हो मेहरबानी मेहरबानी मैं करना जरा 2 मिनट प्रेस किवें देख रहे हो फैसले नू कैप्टन तुम बचोगे ना साथी तुम्हारे फिर ओ कम होया वा जो महाराज ने इन्होंने जो गलत काम किया 2-3 महीने की गल सी सिर्फ अपना अपनी तहीन महसूस की मैं पहले भी गल की मन एक मलाल है एक रिजेंटमेंट है एक रोस सी अज किवें उदो भी एह ही कि अज भी एह ही आ मेरा पम्मे नाल कोई रोस नहीं है लीडरां दी गल सीगी पम्मे नाल मेरा अज भी कोई रोस नहीं कुछ दिन पहला चेयरमैन नियुक्त हुए पवन कुमार पम्मा ताड़ी जगह ते अज थोड़े ही दिनों बाद ही उन्होंने उतार दिता गया। फैसले दे नाल कोई कांग्रेस का नुकसान या फायदा की होगा? ਇਹਦੇ ਹੀ ਕਾਂਗਰਸ ਦਾ ਫਾਇਦਾ ਹੋਊਗਾ। ਮੈਨੂੰ ਪਤਾ ਨਹੀਂ ਮੈਂ ਘਰੋਂ ਨਿਕਲਿਆ ਮੇਰੇ ਕੋਲ ਇੱਥੇ ਤੱਕ ਪਹੁੰਚਿਆ ਨਹੀਂ ਗਿਆ ਜਿੰਨਾ ਕਿ ਟੈਲੀਫੋਨ ਆਇਆ ਵਾ। ਹਲੋ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਇੱਕ ਖੁਸ਼ੀ ਮਨਾਈ ਜਾ ਰਹੀ ਹੈ ਔਰ ਚੇਅਰਮੈਨ ਜਿਹੜੇ ਨਵ ਨਿਯੁਕਤ ਹੁਣ ਜਿਨ੍ਹਾਂ ਨੂੰ ਥਾਪਿਆ ਗਿਆ ਕਸਤੂਰੀ ਲਾਲ ਸੇਠ ਜੋ ਕਿ ਪਹਿਲਾਂ ਵੀ ਇੱਥੇ ਬਟਾਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਹੇ ਨੇ ਔਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਖਾਸ ਸਨ ਔਰ ਉਹਨਾਂ ਦੇ ਖੇਮੇ ਦੇ ਵਿੱਚ ਗਿਣੇ ਜਾਂਦੇ ਰਹੇ ਔਰ ਅੱਜ ਜਿਹੜਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਨ੍ਹਾਂ ਨੂੰ ਇੱਕ ਥਾਪਿਆ ਗਿਆ ਸੀ ਕੁਝ ਦਿਨ ਪਹਿਲਾਂ ਔਰ ਉਸ ਪਵਨ ਕੁਮਾਰ ਪੰਮਾ ਚੇਅਰਮੈਨ ਨੂੰ ਹਟਾ ਕੇ ਅੱਜ ਨਵੇਂ ਆਰਡਰਸ ਜਾਰੀ ਕੀਤੇ ਕਿ ਦੁਬਾਰਾ ਤੋਂ ਕਸਤੂਰੀ ਲਾਲ ਸੇਖ ਨੂੰ ਮੌਕਾ ਦਿੱਤਾ ਜਾਵੇ ਔਰ ਟਿਲ ਫਰਦਰ ਤੱਕ ਦੇ ਆਰਡਰ ਨੇ ਚਾਹੇ ਸਰਕਾਰ ਦਾ ਜਿਹੜਾ ਸਮਾਂ ਕੁਝ ਦਿਨਾਂ ਕੁਝ ਮਹੀਨਿਆਂ ਦਾ ਰਹਿ ਚੁੱਕਾ ਲੇਕਿਨ ਸਰਕਾਰ ਮੌਕੇ ਦੀ ਜਿਹੜੀ ਮੁੱਖ ਮੰਤਰੀ ਔਰ ਉਹਨਾਂ ਦੀ ਟੀਮ ਵੱਲੋਂ ਜਿਹੜੀ ਅਦਲਾ ਬਦਲੀ ਦੀ ਜਿਹੜੀ ਰਾਜਨੀਤੀ ਖੇਡੀ ਜਾ ਰਹੀ ਹੈ ਚਾਹੇ ਉਹ ਅਫਸਰਸ਼ਾਹੀ ਦੇ ਹੋਵੇ ਜਾਂ ਇਸ ਪੋਲੀਟੀਕਲ ਪੋਸਟ ਨੂੰ ਲੈ ਕੇ ਜਾਂ ਐਸੀਆਂ ਪੋਸਟ ਨੂੰ ਲੈ ਕੇ ਜਿਹੜੀਆਂ ਚੇਂਜਸ ਕੀਤੇ ਜਾ ਰਹੇ ਉਹ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਇਹਦਾ ਕਾਂਗਰਸ ਪਾਰਟੀ ਨੂੰ ਲਾਭ ਹੁੰਦਾ ਜਾਂ ਇਹਦਾ ਵੱਡਾ ਨੁਕਸਾਨ ਚੱਲਣਾ ਪੈਂਦਾ। ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਫੈਕਟ ਨਿਊਜ਼ ਲਈ ਗੁਰਦਾਸਪੁਰ ਤੋਂ।